ਰਾਣਾ ਕਲੱਬ ਦੋਦਰ ਤੇ ਚਰਵਾਲ ਇਹ ਟੀਮਾਂ ਵੀ ਤਿਆਰ ਹੋ ਜਾਣ। ਰਾਣਾ ਕਲੱਬ ਦੋਦਰ ਤੇ ਚਰਵਾਲ ਲੋਗੜ ਜਿਹੜੀ ਆ ਮੈਚ ਚੱਲਦਾ ਇੱਥੋਂ ਜਿੱਤੂਗੀ ਉਹਦੇ ਨਾਲ ਮੈਚ ਖੇਡੇਗੀ। ਹਾਂਜੀ ਇਧਰ ਦਰਸ਼ਕ ਵੀ ਨੇ ਉਹ ਇੱਕ ਪਾਸੇ ਬਾਬਾ ਰੋਡੂ ਜੀ ਦੀ ਯਾਦ ਦੀ ਵਿੱਚ ਬਣੀ ਹੋਈ ਸਪੋਰਟਸ ਕਲੱਬ ਹੈ ਕਿਉਂਕਿ ਪਿੰਡ ਦੀ ਟੀਮ ਆ ਜਿਹੜੇ ਪਿੰਡ ਨੇ ਪਿਛਲੇ ਸੀਜ਼ਨ ਦੇ ਵਿੱਚ ਧੰਨ ਧੰਨ ਕਰਵਾਈ ਹੈ ਪੰਜਾਬ ਦੇ ਕਬੱਡੀ ਕੱਪਾਂ ਦੇ ਉੱਤੇ ਤੇ ਟਾਪ ਦੇ ਕਬੱਡੀ ਕੱਪਾਂ ਦੇ ਉੱਤੇ ਕਿਉਂਕਿ ਪਿੰਡ ਦੀ ਟੀਮ ਜੇਤੂ ਰਹੀ ਹੈ ਤੇ ਦੂਜੇ ਪਾਸੇ ਬਾਬੇ ਦੀ ਯਾਦ ਦੇ ਵਿੱਚ ਬਣੀ ਹੋਈ ਖੁਸ਼ੀ ਸ਼ੂਸ਼ਕ ਪਿੰਡ ਦੀ ਟੀਮ ਹੈ ਸ਼ੂਸ਼ਕ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਕਸਵਾਣਾ ਸ਼ੂਸ਼ਕ ਮਰੂੜ ਲਾਗੇ ਲਾਗੇ ਕਰਕੇ ਵਸੇ ਪਿੰਡ ਨੇ ਉੱਥੋਂ ਦੀ ਟੀਮ ਪੁੱਜੀ ਹੋਈ ਹੈ ਇਧਰ ਡਾਕਟਰ ਰਾਜਵਿੰਦਰ ਸਿੰਘ ਜੀ ਤੇ ਡਾਕਟਰ ਕੁਲਵਿੰਦਰ ਸਿੰਘ ਜੀ ਸਮੁੱਚੀ ਸਪੋਰਟਸ ਕਲੱਬ ਨੂੰ 13,000 ਰੁਪਏ ਦਾ ਸਹਿਯੋਗ ਦਿੰਦੇ ਨੇ ਤੇ ਨਾਲ ਹੀ ਦੱਸ ਕੇ ਗਏ ਨੇ ਵੀ ਗੱਗੀ ਮੱਲੇ ਵਾਲਾ ਜਿੰਨੇ ਜੱਫੇ ਲਾਵੇਗਾ ਉਹਨੇ 100 ਦਿੱਤੇ ਜਾਣਗੇ। ਆਹ ਮੁੰਡਾ ਕਹਿੰਦੇ ਹਰਦੀਪ ਸਿੰਘ ਕੌਂਕੀ ਵਾਲ ਕਬੱਡੀ ਪਾਉਣ ਦੇ ਲਈ ਵੱਧ ਗਿਆ ਤੇ ਪਿਛਲੇ ਸਾਲ ਆਲਮਗੀਰ ਦੇ ਕਬੱਡੀ ਕੱਪ ਦੇ ਉੱਤੇ ਮੋਟਰਸਾਈਕਲ ਦਿੱਤੇ ਆ ਜਿਸ ਨੇ ਕਬੱਡੀ ਪਾ ਦਿੱਤੀ ਹੈ। ਉਧਰ 4 ਜਾਫੀ ਨੇ ਸ਼ੂਸ਼ਕ ਪਿੰਡ ਵਾਲੇ ਹਰਪ੍ਰੀਤ ਸਿੰਘ ਸਿੱਧੂ ਕੈਨੇਡਾ 100 ਦੇਣਗੇ। ਜੇਕਰ ਮੋਟਾ ਜੱਫਾ ਲਾਵੇਗਾ ਤਾਂ 100 ਸੁੱਖੇ ਕੈਨੇਡੇ ਦੀ ਤਰਫ ਦਿੱਤਾ ਜਾਣਾ ਹੈ। ਉਧਰ ਲੱਖਾ ਮੇਹਰ ਸਿੰਘ ਵਾਲੇ ਦਾ ਜੱਫਾ ਲਾ ਗਿਆ ਮਿੱਤਰੋ ਗਰਾਊਂਡ ਦੇ ਵਿੱਚ ਲੱਖਾ ਮੇਹਰ ਸਿੰਘ ਵਾਲੇ ਦਾ ਬਹੁਤ ਸ਼ਾਨਦਾਰ ਜੱਫਾ ਲਾ ਗਿਆ। ਲੈ ਵੀ ਵੀਰ ਪਿੱਛੇ ਜ਼ਰੂਰ ਆ ਜਾਓ ਵੀਰ ਜਿੰਨੇ ਵੀ ਸਪੇਅਰ ਖਿਡਾਰੀ ਵੀਰ ਨੇ ਲਾਡੀ ਸਸਤੀਆ ਹੋ ਗਿਆ ਹੈ। ਇਹਦੇ ਰੀਤੇ ਦੀ ਕਬੱਡੀ ਮਿੱਤਰੋ ਸ਼ੂਸ਼ਕ ਪਿੰਡ ਵਾਲਾ ਆਪਣੀ ਟੀਮ ਦੇ ਹਿੱਸੇ ਵਾਧਾ ਜੋੜ ਗਿਆ। ਇਹ ਖਿਡਾਰੀ ਦੀ ਬਹੁਤ ਚਰਚਾ ਸੀ ਵੀ ਦੇਣ ਕੇ ਆਊਗਾ ਨਾਂ ਦਾ ਪੂਰਾ ਜਾਣਦਾ ਨੀ ਨਾੜਝੋੜ ਕਹਿੰਦੇ ਮੇਰੇ ਖਿਆਲ ਚ। ਇਹ ਹੈ ਜੀ ਪਾਰ ਪਿੰਡ ਵਾਲਾ ਗਰਾਊਂਡ ਦੇ ਵਿੱਚ ਇਸ ਸਮੇਂ ਟੌਪ ਦੀ ਕਬੱਡੀ ਪਾ ਗਿਆ ਤੇ ਸਾਡਾ ਸਤਿਕਾਰਯੋਗ ਵੀਰ ਦੀਪਕ ਖਹਿਰਾ ਵੀ ਗਰਾਊਂਡ ਦੇ ਵਿੱਚ ਪੁੱਜ ਗਿਆ। ਇਹਨਾਂ ਵੱਲੋਂ ਵੀ ਆਪਾਂ ਵੱਡੇ ਮਾਣ ਕਰਵਾਉਣੇ ਆ ਕਬੱਡੀ ਦੇ ਖਿਡਾਰੀਆਂ ਦੇ। ਉਧਰ ਗੋਲਡੀ ਜੀਰੇ ਵਾਲੇ ਦੀ ਕਬੱਡੀ ਆ ਤੇ 4 ਜਾਫੀ ਨੇ ਚਾਹਾਂ ਦੇ ਵਿੱਚੋਂ ਮਨਜਿੰਦਰ ਕੈਨੇਡਾ ਦੇ ਵੱਲੋਂ 100 ਦਿੱਤਾ ਜਾਣਾ। ਲੈ ਵੀ ਅਵਤਾਰ ਦੇਖ ਲਾ ਤੇਰਾ ਯਾਰ ਗਰਾਊਂਡ ਦੇ ਵਿੱਚ ਜੱਫਾ ਲਾ ਗਿਆ ਮਨਜਿੰਦਰ ਨਿੱਕਾ ਮੋਟਾ ਤਿੰਨ ਨਾਮ ਮਸ਼ਹੂਰ ਕਰ ਦਿੱਤੇ ਮੁੰਡੇ ਨੇ ਸੇਖੋ ਫੈਮਿਲੀ ਨੂੰ ਬਿਲੋਂਗ ਕਰਦਾ। ਹਾਂਜੀ ਪਾਲੀ ਖਹਿਰਾ ਜਿੱਥੇ ਕਿਤੇ ਆਵਾਜ਼ ਸੁਣਦਾ ਹੋਵੇ ਸਟੇਜ ਤੇ ਪਹੁੰਚੇ ਪਾਲੀ ਖਹਿਰਾ। ਉਧਰ ਦਸੀ ਕੈਨੇਡਾ ਤੇ ਕਾਕਾ ਵਪਾਰੀ ਦੀ ਐਲਾਨ ਕਰਵਾਉਂਦੇ ਨੇ ਜਿਹੜਾ ਨਾਂ ਝੋੜ ਨੂੰ ਜੱਫਾ ਲਾਉਂਦਾ ਉਸ ਨੂੰ 500 ਦਿੱਤਾ ਜਾਣਾ ਮਿੱਤਰੋ। ਉਧਰ ਹਰਦੀਪ ਦੀ ਕਬੱਡੀ ਤੇ ਫਿਰ ਕੌਣ ਹੈ ਫੂਲਾ ਸ਼ੂਸ਼ਕ ਪਿੰਡ ਵਾਲਾ ਜੱਫਾ ਲਾ ਗਿਆ। ਇਹ ਮੁੰਡੇ ਦਾ ਫੂਲਾ ਨਾਮ ਹੈ ਮਿੱਤਰੋ ਔਰ ਦੋਨੇ ਗਿੱਟੇ ਕੈਚ ਕੀਤੇ ਹੋਏ ਨੇ ਤੇ ਦੇਖਾਂਗੇ ਵੀ ਇੱਥੋਂ ਵਿਸ਼ੇਸ਼ ਨਾਮ ਰਿੰਕੂ ਵੱਲੋਂ ਜਿਹੜੇ ਆ ਜਾਫੀ ਨੇ ਜੱਫਾ ਲਾਇਆ ਸਪੈਸ਼ਲ ਨਾਮ ਜਸਵੀਰ ਸਿੰਘ ਜੀ ਰਿੰਕੂ। ਹਾਂਜੀ ਉਧਰ ਕੌਣ ਜਾਫੀ ਹੈ ਦੇਖਾਂਗੇ ਵੀ ਗਰਾਊਂਡ ਦੇ ਵਿੱਚ ਸਵਾਦ ਵਾਲਾ ਜੱਫਾ ਸੁੱਖੇ ਕੈਨੇਡੇ ਦੀ ਤਰਫੋਂ 100 ਇਸ ਜਾਫੀ ਨੂੰ ਦੇਣਾ ਹੈ। ਇਹ ਸੇਖੋ ਫੈਮਿਲੀ ਨੇ ਬਲੌਂਗ ਕਰਦਾ ਮੁੰਡਾ ਗਰਾਊਂਡ ਦੇ ਵਿੱਚ ਅਵਤਾਰ ਸਿੱਧੂ ਦੇ ਸਾਡੇ ਤੇ ਪੁੱਜੀ ਹੋਈ ਟੀਮ ਆ ਪਿੰਡ ਕੌਂਕੀ ਦੀ ਟੀਮ ਹੈ ਤੇ ਗਰਾਊਂਡ ਦੇ ਵਿੱਚ ਲੱਗਦਾ ਹੋਇਆ ਜੱਫਾ ਆ ਚੱਲੇ ਨਾ ਮੁੰਡਾ ਨਾਰ ਚੋਟ ਦਸੀ ਕੈਨੇਡਾ ਤੇ ਕਾਕੇ ਵਪਾਰੀ ਦੀ ਤਰਫੋਂ 500 ਰੁਪਇਆ ਦਿੱਤਾ ਜਾਣਾ ਹੈ ਜਿਹੜਾ ਆ ਜਾਫੀ ਨੇ ਜੱਫਾ ਲਾਵੇਗਾ। ਦੂਜੇ ਪਾਸੇ ਲੱਖਾ ਮੇਹਰ ਸਿੰਘ ਵਾਲੇ ਦਾ ਜਿਹੜਾ ਜਾਫੀ ਨੇ ਜੱਫਾ ਲਾਇਆ ਦੂਜੀ ਸਾਈਡ ਉਹਨੂੰ ਵੀ 100 ਰੁਪਇਆ ਬਹੁਤ ਧੰਨਵਾਦ। ਹਾਂਜੀ ਲਿਆਦੇ ਗਰਮੀ ਮੈਨੂੰ ਪੂਰੀ ਤਗੜੀ ਕਮੈਂਟਰੀ ਕਰਦੇ ਤਿੰਨ ਦਿਨ ਬਹੁਤ ਸੁਣਿਆ ਬਹੁਤ ਵਧੀਆ ਕਰਿਆ
ਔਰ ਪੂਰਾ ਆਨੰਦ ਵਜਦੇ ਚਰਨ ਕਮਲ ਧਾਲੀਵਾਲ ਦੀ ਤਰਫੋਂ ਮੋਟੇ ਕੌਂਕੇ ਵਾਲੇ ਦੇ ਲਈ 100 ਪੁੱਜ ਗਿਆ ਹੈ ਤੇ ਉੱਥੇ ਹੀ ਅਗਲੇ ਮੈਚ ਲਈ ਜਲਾਲ ਵਰਸੀ ਅਠੂੜ ਦੀ ਟੀਮ ਆ ਜਾਣ ਜਲਾਲ ਵਰਸੀ ਅਠੂੜ ਰਾਣਾ ਕਲੱਬ ਦੌਦਰ ਵਰਸੀ ਅਖਰਵਾਲ ਇਹ ਟੀਮ ਆ ਜਾਣਗੀਆਂ ਇਹਦੇ ਨਾਲ ਚੋਟ ਸਪਾਰ ਪਿੰਡ ਵਾਲਾ ਕਦੀ ਬੁਲਟ ਦਿੱਤੇ ਤੇ ਕਦੀ ਮੋਟਰਸਾਈਕਲ ਦਰਸ਼ਕ ਨੂੰ ਤਾੜੀਆਂ ਮਾਰ ਦਿੱਤੇ ਬਹੁਤ ਹੀ ਸੋਹਣਾ 511000 ਬਾ ਵੀ ਬਾਈ ਸ਼ਾਬਾਸ਼ ਉਹ ਆਉਂਦਾ ਕੋ ਫੁੱਲਾ ਸੁਸ਼ਟ ਪਿੰਡ ਵਾਲਾ ਇਹ ਮੇਲਾ ਦਰਸ਼ਕ ਵੀ ਦੇ ਤਾੜੀਆਂ ਮਾਰ ਦਿਓ ਮਾਸਟਰ ਜੀ ਵੱਲੋਂ 100 ਰੁਪਇਆ ਪਾਲੀ ਖੇਰੇ ਵੱਲੋਂ 100 ਰੁਪਇਆ ਬੱਬੂ ਵੱਲੋਂ ਵਾਹ ਵੀ ਵਾਹ ਸ਼ਾਬਾਸ਼ ਹਰਪ੍ਰੀਤ ਸਿੱਧੂ ਕੈਨੇਡਾ ਉਹਨਾਂ ਦੀ ਤਰਫੋਂ ਇੱਕ ਰੁਪਇਆ ਵੱਲੋਂ ਬੇਅੰਤ ਮਾਇਆ ਸਾਡੇ ਸਰਪੰਚ ਸਾਹਿਬ ਰਣਜੀਤ ਸਿੰਘ ਜੀ ਬੱਬੂ ਉਹਨਾਂ ਦੀ ਤਰਫੋਂ ਵੀ 100 ਆ ਗਿਆ ਲੈ ਵੀ ਡਾਕਟਰ ਰਾਜਵਿੰਦਰ 100 ਦੇਵਾਂਗੇ ਜੇਕਰ ਫਲ ਆਵੇਗਾ ਇੱਧਰ ਡਾਕਟਰ ਰਾਜਵਿੰਦਰ ਜੀ ਉਹਨਾਂ ਤਰਫੋਂ 100 ਪੁੱਜ ਗਿਆ ਤੇ ਲੈ ਵੀਰ ਆ ਫੂਲੇ ਦਾ ਦੇ ਦੀ 100 ਗੱਗੀ ਨੂੰ ਪ੍ਰਾਜੋ ਸਿੰਘ ਸਿੱਧੂ ਉਹਨਾਂ ਦੀ ਤਰਫੋਂ ਅਵਤਾਰ ਸਿੰਘ ਸਿੱਧੂ ਇਹਨਾਂ ਦੋਨਾਂ ਵੀਰਾਂ ਦੀ ਤਰਫੋਂ ਗੱਗੀ ਮੱਲੇ ਵਾਲੇ ਦੇ ਲਈ 100 ਪੁੱਜ ਗਿਆ ਇੱਧਰ ਹਰਦੀਪ ਦੀ ਕਬੱਡੀ ਆ ਤੇ ਕਿਹੜਾ ਜਾਫੀ ਆ ਸੁੱਖਾ ਸ਼ੁਸ਼ਕ ਪਿੰਡ ਵਾਲਾ ਟਰਾਈ ਕਰਦਾ ਹੈ ਪਰ ਪੈਣ ਦੇ ਰੇਂਦਰ ਨੇ ਆਪਣੀ ਟੀਮ ਦੇ ਇਸ ਵਿੱਚ ਜੋੜਿਆ ਪੈਣ ਦੇ ਹਰਦੀਪ ਕਾਂਕੇ ਵਾਲਾ ਜੋੜ ਗਿਆ ਚੱਲ ਵੀ ਗੋਲਡੀ ਸਿਆ ਪਾ ਫਿਰ ਕਬੱਡੀ ਇੱਧਰ ਗੋਲਡੀ ਦੀ ਕਬੱਡੀ ਮਿੱਤਰੋ ਇੱਕ ਕੂਮਕਲਾ ਪਿੰਡ ਜਿੱਪੀ ਗਰੇਵਾਲ ਤੁਹਾਡਾ ਗੋਲਡੀ ਕੂਮਕਲਾ ਵਾਲਾ ਟਾਪ ਦਾ ਜਾਫੀ ਹੈ ਕਿ ਆ ਗੋਲਡੀ ਜੀਰੇ ਵਾਲਾ ਕਬੱਡੀ ਪਾ ਰਿਹਾ ਇੱਧਰ ਆਇਆ ਕਬੱਡੀ ਦਾ ਜੱਟ ਜਾਫੀ ਕਬੱਡੀ ਦਾ ਜੱਟ ਜਾਫੀ ਬਹੁਤ ਜਜਮੈਂਟ ਦਸੀ ਕੈਨੇਡਾ ਤੇ ਕਾਕਾ ਵਪਾਰੀ ਉਹਨਾਂ ਦੀ ਤਰਫ 100 ਸੰਦੀਪ ਬਸੀਆਂ ਵਾਲੇ ਦੇ ਲਈ ਸੁੱਖੇ ਕੈਨੇਡਾ ਦੀ ਤਰਫ 100 ਬਸੀਆਂ ਵਾਲੇ ਲਈ ਪ੍ਰਭਜੋਤ ਸਿੱਧੂ ਅਵਤਾਰ ਸਿੱਧੂ ਉਹਨਾਂ ਦੀ ਤਰਫੋਂ ਲੈ ਵੀ ਬਸੀਆਂ ਵਾਲਿਆ ਆ ਸੰਦੀਪ ਬਸੀਆਂ ਵਾਲੇ ਦੇ ਪੈਸੇ ਜ਼ਰੂਰ ਫੜ ਲਈ ਵੀਰ ਵੀਰ ਰੈਫਰੀ ਦਾ ਫੈਸਲਾ ਪਹਿਲਾਂ ਜਿੱਧਰ ਜੋ ਫੈਸਲਾ ਦਿੱਤਾ ਪੁਆਇੰਟ ਉੱਧਰ ਹੀ ਹੋਣਾ ਸ਼ੁਸ਼ਕ ਵਾਲਿਓ ਜੇ ਕਿਸਮਤ ਵਿੱਚ ਜਿੱਤ ਲਿਖੀ ਹੋਈ ਤਾਂ ਤੁਸੀਂ ਆਪੇ ਜਿੱਤ ਜਾਣਾ ਵੀਰ ਕੋਈ ਗੱਲ ਨਹੀਂ ਰੈਫਰੀ ਦਾ ਫੈਸਲਾ ਟਲ ਹੈ ਵੀਰ ਜਲਾਲ ਤੇ ਅਠੂਰ ਨੇ ਅਗਲਾ ਮੈਚ ਖੇਡਣਾ ਜਲਾਲ ਤੇ ਅਠੂਰ ਉੱਥੇ ਕਬੱਡੀ ਹਾਈਫਾਈ ਵਾਲੇ ਨਿਰਮਲ ਦੀਪਗੜ੍ਹ ਦਾ ਤੇ ਹਰਪ੍ਰੀਤ ਦੀਪਗੜ੍ਹ ਦਾ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਬੱਡੀ ਜੰਕਸ਼ਨ ਵਾਲੇ ਨਵਨੀਤ ਗਿਲਜੇ ਵਾਲਾ ਤੇ ਹਰਜੀਤ ਪਧੌੜ ਦਾ ਵੀ ਪਿਆਰ ਵਾਲਾ ਜਾਫੀ ਹੈ ਸੁੱਖਾ ਸ਼ੂਸ਼ਕ ਪਿੰਡ ਵਾਲਾ ਜੀਤ ਕਸੂਆਣ ਦੇ ਨਾਲ ਬਹੁਤ ਪਿਆਰ ਨੇ ਸ਼ੂਸ਼ਕ ਦੀ ਟੀਮ ਦੇ ਜੀਤ ਕਸੂਆਣ ਦੇ ਨਾਲ ਪਰ 100 ਸਾਡੇ ਸਰਪੰਚ ਸਾਹਿਬ ਰਣਜੀਤ ਸਿੰਘ ਜੀ ਬੱਬੂ ਉਹਨਾਂ ਦੀ ਤਰਫੋਂ ਜਾਫੀ ਦੇ ਲਈ ਪੁੱਜ ਗਿਆ ਇਹ ਕਹਿੰਦੇ ਟੌਪ ਦੀ ਟੀਮ ਹੈ ਬਾਬਾ ਕਲੱਬ ਸ਼ੂਸ਼ਕ ਦੇ ਨਾਂ ਤੇ ਬਣੀ ਹੋਈ ਟੀਮ ਹੈ ਇੱਧਰ ਰੀਤੇ ਦੀ ਕਬੱਡੀ ਮਿੱਤਰੋ ਗਰਾਊਂਡ ਦੇ ਵਿੱਚ ਰੀਤੇ ਕਬੱਡੀ ਪਾ ਰਿਹਾ ਤੇ ਕੌਂਕੇ ਵਾਲਾ ਮਨਜਿੰਦਰ ਸਿੰਘ ਨਿੱਕਾ ਮੋਟਾ 3 ਨਾਂ ਲੈ ਜਾਂਦੇ ਨੇ ਗਰਾਊਂਡ ਦੇ ਵਿੱਚ ਸੇਖੋਂ ਫੈਮਿਲੀ ਨੇ ਬਲੌਕ ਕਰਦਾ ਤੇ ਵੀ ਮੁੰਡਾ ਕੈਨੇਡਾ ਖੇਡ ਕੇ ਆਇਆ ਪੈਣ ਤੋਂ ਰੀਤਾ ਸ਼ੂਸ਼ਕ ਵਾਲਾ ਆਪਣੀ ਟੀਮ ਦੇ ਸਿਰ ਜੁੜ ਗਿਆ ਹਰਦੀਪ ਕੌਂਕੇ ਪਿੰਡ ਵਾਲਾ ਫਿਰ ਤੋਂ ਕਬੱਡੀ ਪਾਉਂਦਾ ਹੋਇਆ ਤੇ 4 ਜਾਫੀ ਨੇ ਸ਼ੂਸ਼ਕ ਵਾਲਿਆ ਲੈ ਵੀ ਫੁੱਲ ਲੈ ਵੀ ਲੱਖੇ ਘਰ ਹੱਥ ਕਰਾਰੇ ਇਹ ਆ ਲੱਖਾ ਮੇਰ ਸਿੰਘ ਵਾਲੇ ਦਾ ਵੱਜ ਗਈ ਇੱਕ ਇੰਚੀ ਪਰ ਦੇਈ ਹਰਦੀਪ ਭੱਜਿਆ ਹੁੰਦਾ ਗਰਾਊਂਡ ਦੇ ਵਿੱਚ ਇੱਕ ਅੰਕ ਦਾ ਵਾਧਾ ਜੁੜ ਗਿਆ ਗੋਲਡੀ ਜੀਰੇ ਵਾਲਾ ਫਿਰ ਕਬੱਡੀ ਪਾ ਰਿਹਾ ਗੋਲਡੀ ਜੀਰੇ ਵਾਲੇ ਦੀ ਕਬੱਡੀ ਮਿੱਤਰੋ ਭੱਜਿਆ ਹੁੰਦਾ ਗੋਲਡੀ ਗਰਾਊਂਡ ਦੇ ਵਿੱਚ ਜਲਾਲ ਤੇ ਹਠੂੜ ਅਗਲੇ ਮੈਚ ਲਈ ਟੀਮਾਂ ਪੁੱਜਣਗੀਆਂ ਜਲਾਲ ਤੇ ਹਠੂੜ
ਲੈ ਵੀ ਮੋਟਿਆ ਜੇਕਰ ਜੱਫਾ ਲਾਵੇਂਗਾ ਅਵਤਾਰ ਸਿੱਧੂ ਤੈਨੂੰ ਬਹੁਤ ਪਿਆਰ ਕਰਦਾ ਵੀਰ ਤੇਰੀ ਜ਼ਿੰਦਗੀ ਦਾ ਬਹੁਤ ਪਿਆਰਾ ਮਿੱਤਰ ਹੈ ਤੇ ਪਰ ਇਧਰ ਫੂਲਾ ਸ਼ੂਸ਼ਕ ਵਾਲਾ ਆਸਣ ਚੱਕੇ ਜਾਮ ਕਰਦਾ ਹੋਇਆ ਹਰਦੀਪ ਕੌਂਕੇ ਵਾਲਾ ਭੱਜ ਗਿਆ ਕੌਂਕੇ ਵਾਲਾ ਕਿ ਸ਼ਹਿਰ ਜਗਰਾਵਾਂ ਉੱਤੇ ਜਾਲ ਸੁੱਟਿਆ ਪਿੰਡ ਕੌਂਕਿਆਂ ਚ ਵਸਦਾ ਸੀ ਬੀਤ ਰੁੱਟਿਆ ਸ਼ਹਿਰ ਜਗਰਾਵਾਂ ਉੱਤੇ ਜਾਲ ਸੁੱਟਿਆ ਇੱਧਰ ਆ ਮੁੰਡੇ ਦੀ ਚੜ੍ਹਦੀ ਦੀ ਵਿਰੇਸ ਹੈ ਛੋਟੀ ਉਮਰ ਹੈ ਪਰ ਹੌਂਸਲੇ ਵੱਡੇ ਨੇ ਉੱਧਰ ਦੇਖਦਿਆਂ ਵੀ ਕੌਣ ਹੈ ਮੱਲੇ ਵਾਲਾ ਗੱਗੀ ਟਰਾਈ ਕਰਦਾ ਪਰ ਭੈਣ ਜੋ ਧਾਵੀ ਨੇ ਆਪਣੀ ਟੀਮ ਦੇ ਇਸ ਵਿੱਚ ਜੋੜ ਦਿੱਤਾ ਹੈ ਭੈਣ ਜੋ ਰੀਤਾ ਸ਼ੂਸ਼ਕ ਵਾਲਾ ਆਪਣੀ ਟੀਮ ਦੇ ਇਸ ਵਿੱਚ ਜੋੜ ਗਿਆ ਇੱਧਰ ਹਰਦੀਪ ਕੌਂਕੇ ਵਾਲਾ ਵਧੀਆ ਕਬੱਡੀ ਪਾਉਣ ਦੇ ਲਈ ਤੇ ਪਰ ਪੁਆਇੰਟ ਦੇਖਦੇ ਆ ਵੀ ਓਏ ਖਿਡਾਰੀ ਵੀਰਾ ਯਾਰ ਪੈਰ ਨੂੰ ਗੋਕ ਕੇ ਟੀਮ ਕੱਢੀ ਜਾਣੀ ਆ ਹੈਲੋ ਸ਼ੀਸ਼ ਕੁਮਾਰ ਮੈਂ ਸ਼ੁਰੂ ਕਰਾਵਾਂ ਮੈਂ ਸ਼ੁਰੂ ਸ਼ੀਸ਼ ਕੁਮਾਰ ਅੰਪਾਇਰ ਦਾ ਫੈਸਲਾ ਟਾਲਾ ਪੁਆਇੰਟ ਦਿੱਤਾ ਜਾ ਚੁੱਕਾ ਹੈਲੋ ਹੈਲੋ ਸ਼ੌਂਕੀ ਮੈਂ ਸ਼ੁਰੂ ਕਰਾਵਾਂ ਸ਼ੀਸ਼ਕ ਵੀਰ ਦਰਸ਼ਕ ਵੀਰ ਏਦਾਂ ਨਾ ਕਰੋ ਪੈਣ ਜੋ ਹੋਲਡ ਕੀਤਾ ਕਮੇਟੀ ਨੇ ਵੀਡੀਓ ਦੇਖ ਕੇ ਪੈਣ ਦਾ ਹੈਲੋ ਸ਼ੀਸ਼ ਵਾਲੇ ਰੈਫਰੀ ਦਾ ਫੈਸਲਾ ਟਾਲਾ ਪਲੀਜ਼ ਮੈਚ ਸ਼ੁਰੂ ਕਰਾਓ ਜੀ ਪੁਆਇੰਟ ਹੋਲਡ ਕੀਤਾ ਕਮੇਟੀ ਦਾ ਫੈਸਲਾ ਜੀ ਵੀਡੀਓ ਦੇਖ ਕੇ ਪੁਆਇੰਟ ਦਾ ਰਿਜ਼ਲਟ ਦੱਸਿਆ ਜਾਵੇਗਾ ਪੁਆਇੰਟ ਹੋਲਡ ਕਰ ਲਿਆ ਕਮੇਟੀ ਨੇ ਕਿਸੇ ਵੀ ਖਿਡਾਰੀ ਨੇ ਰੌਲਾ ਨਹੀਂ ਪਾਉਣਾ ਵੀਰ ਜਿੰਨੇ ਵਾਧੂ ਵੀਰ ਗਰਾਊਂਡ ਦੇ ਵਿੱਚ ਨੇ ਦੀਪੇ ਵੀਰ ਸਾਰਿਆਂ ਨੂੰ ਬਾਹਰ ਕਰ ਦਿਓ ਹੈਲੋ ਸ਼ੌਂਕੀ ਆਇਓ ਬਾਹਰ ਸ਼ਾਬਾਸ਼ ਮੈਚ ਸ਼ੁਰੂ ਕਰਾਓ ਦੀਪੇ ਮੈਚ ਸ਼ੁਰੂ ਕਰਾਓ ਮੈਚ ਸ਼ੁਰੂ ਕਰਾਓ ਅੰਪਾਇਰ ਸਾਹਿਬ ਬੱਲੇ ਰੇਡ ਸ਼ੁਰੂ ਕਰਾਓ ਰੇਡ ਤਰਸੇਮ ਬਿਸਲ ਮਾਰੋ ਜਲਦੀ ਪਲੀਜ਼ ਇਧਰ ਰੀਤਾ ਫਿਰ ਵੱਧ ਗਿਆ ਗਰਾਊਂਡ ਦੇ ਵਿੱਚ ਕਬੱਡੀ ਪਾਉਣ ਦੇ ਲਈ ਮਿੱਤਰੋ ਰੀਤਾ ਸ਼ੂਸ਼ਕ ਵਾਲਾ ਆ ਸਮੇਂ ਬਲਜੀਤ ਦਾ ਪੇਂਡੂ ਹੈ ਸੁੱਖੇ ਦਾ ਪੇਂਡੂ ਹੈ ਤੇ ਸੁਖਵਿੰਦਰ ਸ਼ੂਸ਼ਕ ਪਿੰਡ ਵਾਲੇ ਤੇ ਦੁਨੀਆ ਮਾਣ ਕਰਦੀ ਹੈ ਉਧਰ ਨਿੱਕਾ ਮੋਟਾ ਇਸ ਸਮੇਂ ਕੌਂਕੇ ਪਿੰਡ ਵਾਲਾ ਮਨਜਿੰਦਰ ਸਿੰਘ ਮੋਟਾ ਭੱਜਿਆ ਉਹਦਾ ਇਹ ਆ ਸਵਾਲ ਵਾਲਾ ਮੈਚ ਮਿੱਤਰੋ ਤਾੜੀਆਂ ਮਾਰ ਦਿਓ ਆ ਰੈਡਰ ਨਰੇਂਗੂ ਵੱਲੋਂ ਸਪੈਸ਼ਲ 100 ਰੁਪਇਆ ਲੈ ਵੀ ਮੇਲਾ ਲੁੱਟ ਲਿਆ ਦੀਪਿਆ ਮੁੰਡੇ ਨੇ ਗਰਾਊਂਡ ਦੇ ਵਿੱਚ ਟੌਪ ਦਾ ਅੰਕ ਆਪਣੀ ਟੀਮ ਦੇ ਹਿੱਸੇ ਵਿੱਚ ਜੁੜ ਗਿਆ ਤੇ ਮੈਂ ਪਹਿਲਾਂ ਕਿਹਾ ਸੀ ਵੀ ਜਿਹੜੀ ਟੀਮ ਦੇ ਹਿੱਸੇ ਵਿੱਚ ਕਿਸਮਤ ਨੇ ਜਿੱਤ ਲਿਖੀ ਹੋਈ ਉਹਨੇ ਜਿੱਤੀ ਜਾਣਾ ਮਿੱਤਰਾ ਲੱਖੇ ਵਧਾਈ ਦੇ ਪੱਤ ਸੁੱਖੇ ਸੁੱਖੇ ਵੀਰ
हाँ मानो कड़ा जितया इस चाले मैच के बाबा क्लब शुष्क टीम है जेतू रही है बाबा क्लब शुष्क पाली स्टेज आया मैं शुरू करा तुसे मरना जलाल ते ठूर तरसेम जलाल ते ठूर दा मैं शुरू करवा दो शूष्क वाले उपर आए स्टेज ते इन्हां दा नाम आ शूष्क बाबा क्लब शूष्क टीम जित के आई है ओ अपना स्टेज तो नाम लै जाण तरसेम मैं शुरू करा दो भाई करा लाटी कारगजारी ढिली होगी तेरी देख ला लाओ मैं जिहड़ा शुरू होने जा रहा है जलाल ते ठूर दीआं टीमां दे दरमियान इसलिए मैच शुरू होने जा रहा है अठूर की टीम स्कूल वाली साइड है ते दूसरे पासे टीम जड़ी वो टीम है जलाल पिंड दी के तेरे चंग सियाला तो मेरा सोना पिंड जलाल गुड़े कुलदीप माणक ने गल की है जलाल पिंड दी हरपिंदर नूं अज जरूरी काम आउण करके नहीं पुज सकिया माफी भी मंगदे हरपिंदर नहीं आ सकिया अज दे मेले ते अजमेर का पिंड है बब्बू का पिंड है सिकंदर वर्गे कहते महान कबड्डी खिलाड़ी जिस पिंड ने पैदा किए हैं और दूसरे पासे अठूर पिंड का भी कबड्डी के बहुत बड़ा नाम है जिले लुधियाने ते जिले बठिंडे दी टीमों के दरमियान इसलिए मैच की शुरुआत हो जा रही है। यह धौले वाला जगपाल दो लाइनमैन जरूर लाइनमैन ला लो जी जगपाल धौले वाला पाली खैरे का साढ़े भरा का भी बहुत बहुत धन्यवाद है जिंदर उन्हों का समुची प्रबंधकी कमेटी का तेजर जगपाल गबरू पॉइंट अपनी टीम के उससे जोड़ता होया जीवन जलाल की धरती का मेरे वीर इसलिए कबड्डी पाने के लिए खेड मैदान वाधा होया उधर चार जाफिया हरविंदर सिंह भाऊ पर आ खिडारी का कहते बुरज हरी सिंह पिंड है मेरे वीर यह है गगा बुरज वाला जिथों का गुरु कहते कनेडा के 25वें कप का वैसा है उसे पिंड का टिप्पी धालीवाल मशहूर है ते बिल्ला गालब वाला इसलिए इशारा करता भी ये पण जिहड़ा है नौजवान जीवन ने अपनी टीम के लिए जोड़ दिता है। अगली कबड्डी कहते ठूर की धरती का काला पाने लिए खेड मैदान नवी तख्तूपुरे का आ खिडारी बड़े लंबे समय तो कबड्डी खेलता आ रहा है जोगा जलाल वाला मेरे वीर पुराना खिडारी है कबड्डी का इसलिए कोशिश की है पर पवाइंट जिहड़ा नौजवान काले ने अपनी टीम के लिए जोड़ दिता है। गुरप्रीत जलाल पिंड का अगली कबड्डी पाने लिए मैदान वाधा होया अमर भागदीन जी मोटरसाइकिल की रेस ला रहे हैं रात को बहुत अच्छा प्लेयर मोटरसाइकिल का हाथ छड़ के मोटरसाइकिल चला रहा भागदीन शाबाश लाओ इधर गुरमा की धरती का कहते हरविंदर सिंह है इनू भाऊ के नाम के दुनिया जानती है मेरे वीर जैतो का भाऊ मशहूर होया तो सामने गुरमा वाला भाऊ इसलिए करता हुआ कोशिश गुरप्रीत सिंह पॉइंट गुरमा वाले भाऊ ने कहते अठूर की टीम के लिए जोड़ दिता है। अगला मैच अचरवाल ते राणा कबड्डी क्लब दौदर दीआं टीमां दे दरमियान खेडिया जाना है अचरवाल ते राणा कबड्डी क्लब दौदर दीआं टीमां अगले मैच दे लई तैयार रहन इधर नौजवान कहिंदे बिल्ले ने पॉइंट अपनी टीम दे हिस्से जोड़ दिता है पूरी धरती का बिल्ला ते अगली कबड्डी पाउण दे लई खेड मैदान दे विच नौजवान खिडारी वाधा होया अमन हा तीजा मैच पहुंच गया तेरे कोल राणा क्लब दौदर ते अचरवाल तक की मैच है जी मेरे को अगला मैच हाँ जी उस तो अगला मैच आ गई परची जी बोल दो इधर भागदीन बड़े माण पुजदे करदा बहुत बहुत धन्यवाद है लोहगढ़ ते बाबा क्लब शुष्क लोहगढ़ ते बाबा क्लब शुष्क दीआं टीमां प्लीज जल्दी ना ग्राउंड दे विच पुज्जण बब्बू सरपंच कित्थे मैं सुणदा हुणे दीदा नहींगा बू सप्रे ग्राउंड दे विच पुज्जदी कर दो जी बब्बू
है नहीं गा पहली थे और मास्टर जी बुला रहे हैं सरपंच साहब नो ला ना जी ने कहा जीवन इसे मेरे वीर खेड मैदान कबड्डी पावा हो चार जाफी तैयार ने हम वेखदा भी गगा जान नौजवान लक्की इसलिए कबर कोशिश कर रहा है मेरे वीर एक वर्गे कहते महान कबड्डी खिलाड़ी जिस नगर दे हुए है ते जीवन जलाल वाला महान कबड्डी खिलाड़ी अजमेर जलाल दे पिंड दा ही गबरू अपनी टीम दे लई पुट्टा करदा होया है कालापुर दी धरती दा कहते अगली कबड्डी पाउण दे लई फिर खेड मैदान दे विच वाधा होया है ठंडी ठंडी चलती हुई पौन जुगा जलाल की धरती का करता हुआ कोशे ते काले ने कहते पॉइंट अपनी टीम के हिस्से जोड़ दिता है राणा क्लब दौदर ते अचरवाल दीयां टीमां दे दरम्यान अगला मैच खेडिया जाना है ये भी टीम तैयार रहन राणा क्लब दौदर ते अचरवाल लोहगढ़ ते बाबा क्लब शुष्क लाओ जलाल वाले की मेरे वीर उस वेले कबड्डी पै रही है चार जाफिया गुरमा वाले भाऊ नूं टच करके जलाल की धरती का एक गभरू अपनी टीम के लिए पॉइंट का वाधा करता हुआ है बिल्ला कबड्डी पाने के लिए मेरे वीर खेड मैदान वाधा हुआ इधर नवी तख्तूपुरे का सुखे धालीवाल का पिंड है कहते आजाद कबड्डी क्लब वाले का लाओ नौजवान नवी की कोशिश है और 17 जनवरी कहते तख्तूपुरा साहब के खेड मेले की आनी है मेरे वीर तीन पातशाहियों की चन छो प्राप्त धरती है तख्तूपुरा साहब मेला बड़ा मशहूर है इधर नौजवान जीवन अगली कबड्डी पाने के लिए खेड मैदान गबरू वाधा होया है हुण चार जाफिया गगा कहते नौजवान गबरू बुरज हरी सिंह की धरती का और पॉइंट कहते जीवन ने अपनी टीम के लिए जलाल की टीम के लिए जोड़ दिता है हाँ जी गगी मल्ला जो कि आ मैच ला के गया कौके वालों उन्होंने बेनती है भी स्टेज पर नाम रविंद्र सिंह जी डॉक्टर वैटनरी उन्होंने को नाम आ गगी मल्ले बेनती है भी स्टेज पर आके अपना नाम प्राप्त कर ले हाँ जी लाओ जगपाल धौले वाला एक हाथ कटिया हुआ इस नौजवान का है पर कबड्डिया कहते टॉप दियां पाउंदा है मेरे वीर प्रीतम शमशपुरी ने भी कहते एक बांह दे ना कबड्डी खेली है अमन मैं ना एक रिक्वेस्ट करता रेफरी साहबानों ਇਹ ਬਹੁਤ ਦੂਰ ਖੜੇ ਜਜਮੈਂਟ ਕਰ ਰਹੇ ਆ ਪਲੀਜ਼ ਉੱਪਰ ਚੜ ਕੇ ਦੇਖੋ ਜੀ ਹਲੋਲਾ ਨਾ ਪੈਣ ਦਿਓ ਪਲੀਜ਼ ਨਾਲ ਨਾਲ ਰੇਡਰ ਦੇ ਰਹੋ ਆਹ ਤਿੰਨ ਚਾਰ ਜਿਹੜੇ ਮੈਚ ਲੱਗਣੇ ਆ ਬੜੇ ਫਸਵੇਂ ਮੈਚ ਆ ਵੀ ਪਲੀਜ਼ ਪੂਰੀ ਚੁਸਤੀ ਦੇ ਨਾਲ ਅੰਪਾਇਰਿੰਗ ਕਰਨੀ ਆ ਕੋਈ ਮੌਕਾ ਨਹੀਂ ਦੇਣਾ ਵੀ ਗਲਤ ਹੋ ਗਿਆ ਜਾਂ ਠੀਕ ਹੋ ਗਿਆ ਕਿੰਤੂ ਪ੍ਰੰਤੂ ਹੋ ਜਾਂਦਾ ਪਲੀਜ਼ ਉੱਪਰ ਰਹਿ ਕੇ ਅੰਪਾਇਰਿੰਗ ਕਰੋ ਹਾਂਜੀ ਲਓ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਕਾਲਾ ਮੇਰੇ ਵੀਰ ਹਾਂਜੀ ਅਮਨ ਇੱਕ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਜਿਹੜੇ ਹਾਂ ਮੈਚ ਲੱਗੇ 3-4 ਕਈ ਵਾਰੀ ਟੀਮਾਂ ਉਸ ਵਿੱਚ ਮਿਲ ਕੇ ਖੇਡ ਜਾਂਦੀਆਂ ਜੋ ਕਿ ਕਬੱਡੀ ਲਈ ਕਾਫੀ ਇਹ ਆਮ ਲੋਕਾਂ ਦੀ ਧਾਰਨਾ ਵੀ ਅਖੀਰਲੇ ਮੈਚ ਰਲ ਕੇ ਖੇਡ ਜਾਂਦੇ ਆ ਪਰ ਜੇ ਕਿਸੇ ਟੀਮ ਦਾ ਪਤਾ ਲੱਗ ਗਿਆ ਜਾਂ ਪਤਾ ਲੱਗ ਗਿਆ ਕੋਈ ਰਲ ਕੇ ਖੇਡਦਾ ਤਾਂ ਉਸੇ ਟਾਈਮ ਦੋਵੇਂ ਟੀਮਾਂ ਕੱਟ ਦਿੱਤੀਆਂ ਜਾਣਗੀਆਂ ਸੋ ਦੁਬਾਰਾ ਫਿਰ ਬੇਨਤੀ ਆ ਤੇ ਹੁਣ ਥੋੜ੍ਹਾ ਜਿਹਾ ਅੰਪਾਇਰ ਸਾਹਿਬ ਨੂੰ ਬੇਨਤੀ ਆ ਵੀ ਕਬੱਡੀ ਦਾ ਟਾਈਮ ਵੀ ਥੋੜ੍ਹਾ ਜਿਹਾ ਵਧਾ ਦਿੱਤਾ ਜਾਵੇ ਥੋੜ੍ਹੇ ਮੈਚ ਬਾਕੀ ਰਹਿ ਗਏ ਨੇ ਤੇ ਜੇ ਕੋਈ ਮੈਚ ਮਿਲਿਆ ਦੇਖ ਲਿਆ ਤਾਂ ਦੋਵੇਂ ਟੀਮਾਂ ਨੂੰ ਕੱਟ ਦਿੱਤਾ ਜਾਵੇਗਾ ਹਾਂਜੀ ਕਿਹੜੀ ਟੀਮ ਜੇਤੂ ਰਹੀ ਹੈ ਜੀ ਸਕੋਰਰ ਵੀਰ ਕਿਹੜੀ ਸਕੋਰਰ ਵੀਰ ਦੱਸਣਗੇ ਜੀ ਟੀਮ ਕਿਹੜੀ ਅਠੂਰ ਦੀ ਜੇਤੂ ਰਹੀ ਹੈ ਜੀ ਨੋਟ ਕਰ ਲਓ ਅਠੂਰ ਜੀ ਦੌਦਰ ਤੇ ਅਚਰਵਾਲ ਦੀਆਂ ਟੀਮਾਂ ਦੇ ਦਰਮਿਆਨ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਲਾਡੀ ਹੁਣੀ ਤੇ ਨਾਲ ਜਿੰਦਰ ਹੁਣੀ ਸਾਡੇ ਵੀਰ ਵੱਡੇ ਮਾਣ ਪੁੱਜਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਹਰਪ੍ਰੀਤ ਕੈਨੇਡਾ ਵੱਲੋਂ ਵੀ ਜਗਪਾਲ ਦੇ ਲਈ ਮਾਇਆ ਦੇ ਗੱਫੇ ਪੁੱਜੇ ਹੈ ਸਾਢੇ 14-15 ਪੁਆਇੰਟ ਜਿੰਦੂ ਟਾਈਮ ਚੇਂਜ ਕਰਤਾ ਕਿੰਨਾ ਕਿਸੇ ਦੀ ਚਾਬੀ ਹੈ ਮੋਟਰਸਾਈਕਲ ਦੀ ਹੀਰੋ ਹਾਂਡਾ ਮੋਟਰਸਾਈਕਲ ਦੀ
साढ़े चौदह पंद्रह पॉइंट करते जी। मोटरसाइकिल की चाबी है किसी की, वो इतने आके साडा वीर जे किसी की डिगी है तो लै सकता है। अचरवाल की टीम पिंड वाली साइड ते दूसरे पासे राणा कबड्डी क्लब दौधर गुरप्रीत राणे के नाम से टीम खेलती है। मैच की शुरुआत होने जा रही है। अगले मैच दीआं टीमां बाबा क्लब शोषक ते लोहगढ़ टीमां ग्राउंड दे विच आ जाण। बाबा क्लब शोषक ते लोहगढ़ दीआं टीमां जल्दी नाल खेड मैदान दे विच पुज्जण। मेरी बेनती है मैच जल्दी नाल शुरू करवा लिया करो। पहले एक रैफरी इतने ला दिया करो, पहला चेकअप कराउण ते। मर्जी तो करते हैं पर एक इतने भी चाहिए है। सुखे जगराओं वालों अचरवाल की टीम के हर एक जफे से 200 रुपया दिता जाएगा। लाओ दादर की टीम स्कूल वाली साइड के दूसरे पासे अचरवाल सोनी झोलड़ा वाला कहते इस वे पहली कबड्डी सुनाई दी पाउण दे लई खेड मैदान विच वाधा होया। तकड़ा मैच जिहड़ा है दोनों टीमों के दरम्यान खेडिया जाना है। सोनी झोलड़ा वाले ने कहते कबड्डी पाई है, दौधर की धरती का माणा कोशिश करता ते पॉइंट इसलिए धावी ने अपनी टीम के लिए जोड़ दिता है। रशीन पिंड का कहते मन्ना अगली कबड्डी पाउण दे लई खेड मैदान विच वाधा होया। सोनी के लिए 100 रुपया भागदीन उन्होंने वालों पुजा है। इधर कहते मन्ना रशीन वाला दौधर की टीम वालों मेरे वीर कबड्डी पा रहा है। चार जाफिया बची अचर वाली है किंदी जोधा वाला। आओ वेखो चैने के नाल मुकाबला ते नौजवान रशीन पिंड का मन्ना दौधर की टीम के लिए पॉइंट का वाधा करता होया। लोहामा वाला करमा अगली कबड्डी पाने के लिए वाधा होया। मनजिंदर कनेडा वालों आ कबड्डी से कहते 100 रुपये के मान सम्मान दिए जाएंगे। मनजिंदर कनेडा वालों लोहामा वाले करमे की पई हुई कबड्डी। उधर चार जाफी दौधर का वरिंदर नाल कहते हिंदा मलक का बिंदर ते माणा दौधर वाला शिंदा दौधर वाला भी कहते पुजा है। तो सामने खेड मैदान इसलिए जफा कहते लग रहा है मेरे वीरियो हिंदे मलक वाले का जफा खेड मैदान मेरे वीरियो लगता होया। मलक का हिंदा कहते इस साल पंजाब के मेलों से एन सिरे के जफे ला रहे मेरे वीरो अर्शु भलोर वाला प्रावल लोग कहते हिंदे 100 रुपये के मान सम्मान पुजे है। अर्शु भलोर की धरती का कहते अगली कबड्डी पाने के लिए खेड मैदान नौजवान वधा होया। बची अचर वाली है, आओ वेखो सामने की फैसला भी ये पॉइंट जिहड़ा है बची ने अपनी टीम के लिए अचरवाल की टीम के लिए पॉइंट का वाधा कर दिता है। सुखे जगराओं वालों 200 रुपया कहते बची दे लई पुज्जा है। सोनी झोलड़ा वाला कहते अगली कबड्डी पाउण दे लई खेड मैदान दे विच नौजवान वाधा होया। सोनी झोलड़ा की धरती का उधर नौजवान सामने वेखो बिंदर ते पॉइंट जिहड़ा इस वेले सोनी ने अपनी टीम दे लई जोड़ दिता है। गुगू दौधर वाला कहते अगली कबड्डी पाउण दे लई फिर खेड मैदान दे विच नौजवान तैयार है कि रण जितण नूं सूरमा रहे वेखो तैयार। उदी जित हमेशा दोस्तों जो पहला करजे वार, उदी जित हमेशा दोस्तों जो पहला करजे वार। लो पई हुई कबड्डी कहते इस नौजवान खिलाड़ी की। उधर कहते किंदी जोधा वाले की कोशिश से गुगू दौधर वाला नौजवान अपनी टीम के लिए पॉइंट का वाधा करता होया। लोहाम पिंड का करमा कबड्डी पाने के लिए खेड मैदान मेरे वीरे वधा होया। लाओ करमे की कबड्डी है मेरे वीर दौधर की धरती का माणा फड़ी हुई बांह के पैदा मेरी बांह छड़ दे तेनू रोग दी रमज ना कोई हाथ घुट के फड़ ली मैं हले साडी उम्र ने आनी मैं सुनिया मेरे पिछड़ गए कई रूहां दे आनी। ये मन्ना रशीन पिंड दा
अहमदगढ़ मंडी के लागे कहते रशीन पिंड है मन्ना इस वेले कबड्डी पा रहा है चार जाफिया हुण किहड़ा जाफी लागे जफा अपनी टीम के लिए लखा जिहा पॉइंट जोड़दा है यह किंदी जोधा वाला किंदी पॉइंट जिहड़ा इस वेले ने अपनी टीम के लिए जोड़ दिता है पॉइंट अचरवाल की टीम के लिए सुखे जगराउण वालों माया दे गफे पुजे जिंदर उन्हां दा पाली उन्हां दा सारे वीरां दा बहुत बहुत धन्यवाद है सरपंच जी सारिया शख्सियतां दा असीं धन्यवाद करते हैं इधर गभरू कहते सोनी मेरे वीरो कबड्डी पाउण दे लई खेड मैदान दे विच नौजवान वाधा होया है उधर मलक दी धरती दा हिंदा आओ वेखो सामने फड़िया गया लक बल्ले 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 पॉइंट सोनी दा जे तां मैच वधिया लग रहा इक ताड़ी जोरदार जरूर मार दो दर्शक वीरो प्लीज जल्दी ना ग्राउंड लोहगढ़ ते शुष्क दीआं टीमां दी बेनती है जल्दी ना टीमां खेड मैदान दे विच पुज्जण लोहामा वाला करमा कबड्डी पा रहा है उधर चार जाफियां विचों हुण वेखना भी किहड़ा जाफी लाके जफा अपनी टीम के लिए लखा जा पॉइंट जुड़ेगा तो उधर का वरिंदर सिंह इस वेले कहिंदे खेड मैदान विच मेरे वीरो लाउंदा होया जफा अमरजीत सिंह सिद्धू उन्हां नूं बहादुर सिद्धू उन्हां नूं फ्रीनो वालियां नूं माण है मेरे वीरो लाओ तकड़ा जफा लाके अपनी टीम के लिए वरिंदर दौधर वाले ने कहिंदे पॉइंट जोड़ दिता है गुगू दौधर दा कहिंदे अगली कबड्डी पाउण दे लई फिर खेड मैदान दे विच गभरू वाधा होया गभरू देश मेरे दे सोहणे चौड़ियां इक्का ते मनमोहणे आउंदे जदों विच मैदाना दे देखण वाले हुंदे दोस्तों जोर जवाना दे आ जोर देखण वाले है गुगू दौधर वाला मेरे वीरो पॉइंट इस लई नौजवान गभरू ने अपनी टीम दे लई जोड़ दिता ते सोनी झोड़ां दा अगली कबड्डी पाउण दे लई फिर खेड मैदान दे विच वाधा होया झोड़ां वाला कहिंदे सोनी इस लई कबड्डी पा रहा है लोहगढ़ ते शुष्क दीआं टीमां अगले मैच दे लई तैयार रहण हिंदा मलक वाला हिंदा ते कहिंदे सोनी दे दरमियान मुकाबला पॉइंट सोनी झोड़ां वाले ने कहिंदे अपनी टीम है अमर चीमा जी वाईफाई पेज वाले का भी बहुत बहुत धन्यवाद है मनजिंदर कनेडा वालों सोनी झोड़ां वाले दे लई 100 रुपये दे मान सम्मान पुजे है मन्ने रशीन वाले भी कहिंदे कबड्डी पै रही है किन्नी जोधा वाला वेखदा भी इस वेले मन्ना ते किन्नी दे दरमियान चलदा होया मुकाबला लो लग्या पै जोर दोनों कबड्डी खिडारियां दा इस वेले खेड मैदान दे विच आओ पॉइंट जिहड़ा इस वेले किन्नी दा दर्शक वीरो जे तां मैच वधिया ते इक ताड़ी खुल के मार के दस दिओ ऐन सिरे दा मैच है दोनों टीमां जिहड़ियां इस वेले अपनी खेड दा प्रदर्शन करदे हन लोहगढ़ ते बाबा क्लब शुष्क अगले मैच दीआं टीमां तैयार रहण लोहगढ़ ते बाबा क्लब शुष्क दीआं टीमां अगले मैच दीआं तैयार रहण लोहाम पिंड दा कहिंदे करमा कबड्डी पाउंदा होया